ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਸਾਰੇ ਵੀਰਾਂ ਭੈਣਾਂ ਨੂੰ ਜੋ ਸਾਡੇ ਨਾਲ ਪੇਜ ਦੇ ਉੱਤੇ ਸਾਡੇ ਦੇ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਪੇਜ ਤੇ ਜੁੜੇ ਹੋਏ ਸਾਡੇ ਨਾਲ, ਜਾਂ ਜਿਹੜੇ ਵੀਰ ਸਾਨੂੰ ਸਾਡੀਆਂ ਵੀਡੀਓ ਪੋਸਟਾਂ ਦੇਖਦੇ ਆ, ਅਸੀਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ, ਅਸੀਂ ਕੱਲ ਵੀ ਕੁਛ ਸਮੇਂ ਲਈ ਲਾਈਵ ਹੋਏ ਸੀਗੇ, ਪਰ ਇੱਥੇ ਨੈਟਵਰਕ ਦੀ ਘਾਟ ਹੋਣ ਕਰਕੇ ਅਸੀਂ ਪ੍ਰੋਪਰ ਸੁਨੇਹਾ ਤੁਹਾਨੂੰ ਦੇ ਨਹੀਂ ਸਕੇ। ਕੱਲ ਜਿੱਥੇ ਅਸੀਂ ਖੜੇ ਹਾਂ ਤੁਸੀਂ ਆਲੇ ਦੁਆਲੇ ਦੇਖ ਰਹੇ ਹੋ, ਜੋ ਕਿ ਇੱਧਰ ਆ ਜਗ੍ਹਾ ਜੀ, ਸਾਨੂੰ ਅੱਧਾ ਕਿੱਲਾ ਜਗ੍ਹਾ ਸਰਦਾਰ ਰੁਪਿੰਦਰ ਸਿੰਘ ਗਰੇਵਾਲ ਜੀ ਨੇ ਦਾਨ ਵਿੱਚ ਦਿੱਤੀ ਹੈ ਜੀ। ਇੱਥੇ ਅਸੀਂ ਆਪਣੀ ਜਿਹੜੀ ਮਨੁੱਖਤਾ ਦੀ ਸੇਵਾ ਸੁਸਾਇਟੀ ਦੀ ਬਿਲਡਿੰਗ ਬਣਾਉਣ ਬਾਰੇ ਅਸੀਂ ਇੱਥੇ ਆਏ ਹੋਏ ਹਾਂ ਜੀ। ਇੱਥੇ ਸਾਫ਼ ਸਫਾਈ ਚੱਲਦੀ ਹੈ ਜੀ, ਕੁਛ ਆ ਬਿਲਡਿੰਗ ਬਣੀ ਹੋਈ ਹੈ ਜੀ, ਵਿੱਚ ਉਹਨਾਂ ਨੇ ਦਿੱਤੀ ਹੈ ਜੀ ਸਾਨੂੰ, ਅਤੇ ਉਹਨਾਂ ਨੇ ਉਹਨਾਂ ਦਾ ਬੇਟਾ ਵੀਰਿੰਦਰ ਸਿੰਘ ਗਰੇਵਾਲ ਵੀ ਸਾਡੇ ਨਾਲ ਸਾਡੀ ਟੀਮ ਦੇ ਵਿੱਚ ਵਰਕ ਕਰਦਾ ਜੀ। ਸ਼ੁਰੂਆਤੀ ਦੌਰ ਤੋਂ ਅਸੀਂ ਇਕੱਠੇ ਹਾਂ ਜੀ, ਅਤੇ ਉਹਨੇ ਵੀ ਬਹੁਤ ਜ਼ਖਮਾਂ ਦੇ ਪੱਟੀਆਂ ਦੀ ਜਾਂ ਜਿਹੜੇ ਕਿ ਜ਼ਖਮਾਂ ਦੇ ਵਿੱਚੋਂ ਕੀੜੇ ਕੱਢਣ ਦੀ ਸੇਵਾ ਸਾਰੀ ਵੀਰਿੰਦਰ ਸਿੰਘ ਹੀ ਨਿਭਾਉਂਦਾ ਜੀ। ਬੜੀ ਉੱਚੀ ਸੋਚ ਵਾਲਾ ਮੁੰਡਾ ਜੀ, ਅਤੇ ਵਧੀਆ ਸੇਵਾ ਕਰਦਾ ਜੀ, ਅਤੇ ਪਰਿਵਾਰ ਨੇ ਬੜੀ ਮਦਦ ਕੀਤੀ ਹੈ ਜੀ ਸਾਡੀ ਇਸ ਸੰਸਥਾ ਦੀ, ਜਿਹੜਾ ਕਿ ਅੱਧਾ ਕਿੱਲਾ ਜਗ੍ਹਾ ਸ਼ਹਿਰ ਦੇ ਵਿੱਚ ਸਾਨੂੰ ਇੱਥੇ ਦਿੱਤੀ ਹੈ ਬਣਾਉਣ ਦੇ ਲਈ। ਅਤੇ ਕੁਛ ਵੀਰੋ ਬਿਲਡਿੰਗ ਬਣੀ ਹੋਈ ਆ, ਤੁਸੀਂ ਦੇਖਦੇ ਹੋ, ਅਤੇ ਕੁਛ ਅੱਗੇ ਅਸੀਂ ਬਣਾਉਣੀ ਹੈ ਬਿਲਡਿੰਗ, ਇਹ ਥੋੜ੍ਹੀ ਰੈਨੋਵੇਟ ਕਰਕੇ ਰਹਿਣ ਦਾ ਟਿਕਾਣਾ ਬਣਾਉਣ ਲੱਗੇ ਹਾਂ ਜੀ। ਅਸੀਂ ਦੋ ਤਿੰਨ ਰੂਮ ਅਸੀਂ ਵਿੱਚੋਂ ਬਣਾਵਾਂਗੇ ਜੀ ਕੱਟ ਕੇ, ਅਤੇ ਮੂਹਰੇ ਕਿਚਨ ਬਣਿਆ ਹੋਇਆ ਜੀ। ਅਤੇ ਮੈਂ ਸਾਰੇ ਵੀਰਾਂ ਦੇ ਭੈਣਾਂ ਨੂੰ ਦੱਸਣਾ ਚਾਹੁੰਦਾ ਵੀ ਹੁਣ ਜਿੰਨੇ ਵੀ ਅਸੀਂ ਸਾਡੇ ਕੋਲ ਉੱਥੇ ਵਕਤ ਦੇ ਮਾਰੇ ਹੋਏ ਇਨਸਾਨ ਵਿਚਾਰੇ ਰਹਿੰਦੇ ਆ, 15 ਬੰਦੇ ਸਾਡੇ ਕੋਲ ਰਹਿੰਦੇ ਆ ਜੀ, ਜਿਵੇਂ ਅਸੀਂ ਕੁਛ ਬੰਦਿਆਂ ਨੂੰ ਘਰੋਂ ਘਰ ਵੀ ਪਹੁੰਚਾ ਚੁੱਕੇ ਹਾਂ, ਜਿਵੇਂ ਜਿਹੜੇ ਸਾਡੇ ਵੀਰ ਜੁੜੇ ਹੋਏ ਸਾਡੇ ਨਾਲ ਉਹਨਾਂ ਨੂੰ ਪਤਾ ਵਾ। ਅਤੇ ਹੁਣ ਸਾਨੂੰ ਉੱਥੇ ਰੱਖਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ ਜੀ ਉਹਨਾਂ ਨੂੰ, ਕਿਉਂਕਿ ਇੱਕ ਤਾਂ ਸਾਡੇ ਕੋਲ ਹੁਣ ਉੱਥੇ ਸਪੇਸ ਘੱਟ ਆ ਜੀ, ਅਤੇ ਇੱਕ ਉਹ ਕਮਰਸ਼ੀਅਲ ਜਗ੍ਹਾ, ਉੱਥੇ ਸਾਨੂੰ ਕਸਟਮਰਾਂ ਨੂੰ ਜਾਂ ਉਹਨਾਂ ਨੂੰ ਵੀ ਬੜੀ ਇੰਟਰਕਰਪਟ ਹੋ ਜਾਂਦਾ, ਪ੍ਰੋਬਲਮ ਆਉਂਦੀ ਆ। ਇਸ ਕਰਕੇ ਅਸੀਂ ਉਹਨਾਂ ਨੂੰ ਹੁਣ ਇੱਥੇ ਲੈ ਕੇ ਆਉਣਾ ਚਾਹੁੰਦੇ ਹਾਂ, ਕਿਉਂਕਿ ਸਾਡੇ ਕੋਲ ਬਹੁਤ ਬੰਦੇ ਇੱਦਾਂ ਦੇ ਜਾਂ ਅਸੀਂ ਖੁਦ ਦੇਖ ਕੇ ਆਏ ਹਾਂ, ਉੱਥੇ ਜਾ ਕੇ ਬੰਦਿਆਂ ਨੂੰ ਬੜੀ ਮਾੜੀ ਹਾਲਤ 'ਚ ਬੈਠੇ ਆ ਜੀ ਇਨਸਾਨ ਵਿਚਾਰੇ, ਅਤੇ ਅਸੀਂ ਉਹਨਾਂ ਨੂੰ ਲੈ ਕੇ ਆਉਣਾ ਚਾਹੁੰਦੇ ਹਾਂ, ਪਰ ਸਾਡੇ ਕੋਲ ਜਗ੍ਹਾ ਦੀ ਘਾਟ ਹੋਣ ਕਰਕੇ ਅਸੀਂ ਲਿਆ ਨਹੀਂ ਪਾ ਰਹੇ ਉਹਨਾਂ ਨੂੰ। ਅਤੇ ਅੱਜ ਹੁਣ ਅਸੀਂ ਆਹ ਜਗ੍ਹਾ ਦੀ ਸਾਫ਼ ਸਫਾਈ ਸ਼ੁਰੂ ਕਰੀ ਹੋਈ ਹੈ ਜੀ 2-3 ਦਿਨਾਂ ਤੋਂ, ਜੋ ਕਿ ਤੁਸੀਂ ਪਹਿਲਾਂ ਵੀ ਸਾਡੀ ਲਾਈਵ ਵੀਡੀਓ ਦੇ ਵਿੱਚ ਅਸੀਂ ਹੋਏ ਸੀ ਜਿੱਦਣ ਦੇਖਿਆ ਵਾ। ਅਤੇ ਮੈਂ ਸਾਰੇ ਵੀਰਾਂ ਨੂੰ ਅਤੇ ਭੈਣਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਸ ਕੰਮ ਦੇ ਵਿੱਚ ਸਾਡੀ ਸਪੋਰਟ ਕਰੋ ਜੀ, ਜੋ ਵੀ ਤੁਸੀਂ ਵੱਧ ਤੋਂ ਵੱਧ ਕਰ ਸਕਦੇ ਹਾਂ, ਜਿਹੜੇ ਵੀਰ ਫਿਜੀਕਲੀ ਸਪੋਰਟ ਕਰ ਸਕਦੇ ਹੋ ਫਿਜੀਕਲੀ ਕਰਨ ਜੀ। ਜੇ ਕੋਈ ਵੀਰ ਰੇਤਾ ਬਜਰੀ ਸੀਮੈਂਟ ਜਾਂ ਇੱਟਾਂ ਦੀ ਸਪੋਰਟ, ਜੋ ਕਿ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਇੱਥੇ, ਜਿੰਨੇ ਕੁ ਅਸੀਂ ਆਪਸ ਵਿੱਚ ਕੰਟਰੀਬਿਊਟ ਕਰਕੇ ਬਜਟ ਇਕੱਠਾ ਕੀਤਾ ਹੋਇਆ ਜੀ, ਉਹਦੇ ਮੁਤਾਬਕ ਅਸੀਂ ਲੱਗੇ ਹੋਏ ਹਾਂ ਜੀ। ਕੁਛ ਵੀਰਾਂ ਨੇ ਸਾਡਾ ਸਹਿਯੋਗ ਵੀ ਦਿੱਤਾ, ਜਿਵੇਂ ਕਿ ਲੁਧਿਆਣੇ ਤੋਂ ਆ ਵੀਰ ਦਿਲਜੀਤ ਸਿੰਘ ਪ੍ਰੇਸਰ, ਉਹਨੇ 2000 ਇੱਟ ਦਾ ਸਾਡੇ ਨਾਲ ਕੀ ਆ ਗੱਲ ਵੀ ਉਹ ਕੱਲ੍ਹ ਭੇਜ ਰਹੇ ਆ। ਇੱਕ ਜਸਪ੍ਰੀਤ ਵੀਰ ਆ, ਉਹ ਵੀ ਲੁਧਿਆਣੇ ਤੋਂ ਸਾਡੇ ਨਾਲ ਜੁੜਿਆ ਹੋਇਆ, ਉਹਨੇ ਵੀ ਸਾਨੂੰ 2500 ਇੱਟ ਭੇਜੀ ਹੈ ਜੀ। ਅਤੇ ਇੱਦਾਂ ਹੀ ਕੁਛ ਵੀਰਾਂ ਨੇ, ਕਿਸੇ ਨੇ 2 ਬੋਰੀਆਂ ਸੀਮੈਂਟ ਦੀਆਂ, ਕਿਸੇ ਨੇ 4 ਬੋਰੀਆਂ ਸੀਮੈਂਟ ਦੀਆਂ, ਇੱਦਾਂ ਵੀਰ ਦੇ ਰਹੇ ਆ। ਜੋ ਕਿ ਆ ਤੁਸੀਂ ਜਗ੍ਹਾ ਦੇਖ ਰਹੇ ਹੋ, ਸਾਰੀ ਜਗ੍ਹਾ ਨੂੰ ਅਸੀਂ ਸਾਫ਼ ਸਫਾਈ ਕਰਕੇ ਉੱਧਰਲੇ ਪਾਸਿਓਂ ਅਸੀਂ ਬਿਲਡਿੰਗ ਸ਼ੁਰੂ ਕਰਨੀ ਹੈ ਜੀ ਬਣਾਉਣੀ। ਅਤੇ ਆਹ ਬਿਲਡਿੰਗ ਨੂੰ ਥੋੜ੍ਹਾ ਟਾਈਮ ਹਜੇ ਰੈਨੋਵੇਟ ਕਰਕੇ, ਕਿਉਂਕਿ ਅੱਗੇ ਸਰਦੀਆਂ ਆ ਰਹੀਆਂ ਜੀ, ਉੱਥੇ ਉਹਨਾਂ ਨੂੰ ਰੱਖਣਾ ਬੜਾ ਮੁਸ਼ਕਿਲ ਸੀਗਾ ਸਾਨੂੰ। ਅਸੀਂ ਚਾਹੁੰਦੇ ਹਾਂ ਸਰਦੀਆਂ ਤੋਂ ਪਹਿਲਾਂ ਪਹਿਲਾਂ ਵੀ ਇਹਨਾਂ ਦੇ ਰਹਿਣ ਦਾ ਇੱਕ ਬਥੇਰਾ ਥੋੜ੍ਹਾ ਬਣਾਇਆ ਜਾਵੇ, ਜਿੱਥੇ ਉਹਨਾਂ ਨੂੰ ਸਕੂਨ ਦੀ ਜ਼ਿੰਦਗੀ ਜੋ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਦਿੱਤੀ ਜਾਵੇ ਜੀ। ਇਹ ਸਾਰਿਆਂ ਦੇ ਤੁਹਾਡੇ ਵੀਰਾਂ ਦੇ ਸਹਿਯੋਗ ਨਾਲ ਹੀ ਦੇ ਸਕਦੇ ਹਾਂ ਜੀ ਅਸੀਂ। ਅਤੇ ਇਸ ਕਰਕੇ ਵੀਰੋ ਮੈਂ ਬੇਨਤੀ ਕਰਦਾ, ਜਿਹਦੇ ਕੋਲ ਟਾਈਮ ਹੈਗਾ ਉਹ ਫਿਜੀਕਲੀ ਹੈਲਪ ਕਰਨ ਆ ਕੇ, ਅਤੇ ਜਿਹਦੇ ਕੋਲ ਕੋਈ ਹੋਰ ਸੋਰਸ ਹੈਗਾ, ਸਾਡੀ ਹੋਰ ਸੋਰਸ ਜਿਹੜੇ ਵੀ ਸੋਰਸ ਨਾਲ ਹੈਲਪ ਕਰ ਸਕਦੇ ਆ ਉਹ ਸਾਡੀ ਹੈਲਪ ਕਰਨ ਜੀ।
ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੀਆਂ ਸੰਗਤਾਂ ਨੂੰ, ਵੀਰਾਂ ਭੈਣਾਂ ਨੂੰ, ਵੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਜਿਹੜੀ ਅਸੀਂ ਇੱਕ ਪਹਿਲਾ ਕਦਮ ਚੁੱਕਿਆ, ਮੁਹਿੰਮ ਚਲਾਈ ਆ, ਉਹਦੇ ਵਿੱਚ ਸਾਡਾ ਸਾਥ ਦੇਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।